ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤੇ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਅੰਗਰੇਜ਼ੀ ਕਹਾਣੀ ਜਾਂ ਬ੍ਰਿਟਿਸ਼ ਲੋਕਾਂ ਦੀ ਗੋਰਿਆਂ ਦੀ ਕਹਾਣੀ। ਇਸ ਦੇ ਲੇਖਕ ਨੇ ਜਾਨ ਗਾਲਜ਼ ਵਰਦੀ ਇਸ ਦੇ ਲੇਖਕ ਨੇ ਅੰਗਰੇਜ਼ੀ ਕਹਾਣੀ ਹੈ, ਉਹ ਅਸਫਲਤਾ ਨਾਲ ਖੇਡਦਾ ਰਿਹਾ। ਰੁੱਤ ਗਰਮੀ ਦੀ ਹੋਵੇ ਜਾਂ ਠੰਡ ਦੀ, ਚੰਗੀ ਹੋਵੇ ਜਾਂ ਭੈੜੀ, ਇਸ ਤੋਂ ਜ਼ਿਆਦਾ ਕੋਈ ਨਿਸ਼ਚਿਤ ਗੱਲ ਨਹੀਂ ਸੀ ਕਿ ਉਹ ਲੰਗੜਾ ਆਦਮੀ ਸ਼ਹਿਤੂਤ ਦੀ ਵਿੰਗੀ ਤੜਿੰਗੀ ਸੋਟੀ ਦੇ ਸਹਾਰੇ ਤੁਰਦਾ ਹੋਇਆ ਉੱਥੋਂ ਜ਼ਰੂਰ ਲੰਘਦਾ। ਉਹਦੇ ਮੋਢੇ 'ਤੇ ਇੱਕ ਟੋਕਰੀ ਲਟਕਦੀ ਸੀ ਅਤੇ ਉਸ ਦੇ ਵਿੱਚ ਇੱਕ ਫਟੀ ਪੁਰਾਣੀ ਬੋਰੀ ਨਾਲ ਢੱਕੇ ਹੋਏ ਗੌਂਡ ਸੀਲ ਦੇ ਬੀਜ ਪਏ ਹੋਏ ਸਨ। ਇਹ ਗੌਂਡ ਸੀਲ ਕੀ ਹੁੰਦਾ? ਸ਼ਾਇਦ ਬਟੇਨ ਦੇ ਵਿੱਚ ਕੋਈ ਫਸਲ ਹੁੰਦੀ ਹੋਵੇ। ਗੌਂਡ ਸੀਲ, ਗੌਂਡ ਸੀਲ ਘਾਹ ਵਰਗ ਉਹ ਇੱਕ ਛੋਟਾ ਜਿਹਾ ਪੌਦਾ ਹੁੰਦਾ ਹੈ ਜਿਸ 'ਤੇ ਪੀਲੇ ਰੰਗ ਦੇ ਫੁੱਲ ਲੱਗਦੇ ਨੇ, ਕਿਉਂਕਿ ਇਸ 'ਤੇ ਨਦੀਨ ਹੀ ਕਹਿੰਦੇ ਨਾ। ਗੂਗਲ ਮਾਰੋ ਜਦੋਂ ਪਤਾ ਲੱਗ ਜੂਗਾ। ਹਾਂ, ਉਹ ਅਸਲ ਦੇ ਵਿੱਚ ਉਹ ਘਾਹ ਵਰਗਾ ਛੋਟਾ ਜਿਹਾ ਪੌਦਾ ਹੁੰਦਾ ਜਿਹਨੂੰ ਪੀਲੇ ਫੁੱਲ ਲੱਗਦੇ ਨੇ, ਅਤੇ ਪਾਲਤੂ ਪੰਛੀ ਜਿਹੜੇ ਬਰਡ ਲੋਕਾਂ ਨੇ ਰੱਖੇ ਹੁੰਦੇ ਨੇ ਪੈਟ, ਉਹ ਇਹਨਾਂ ਦੇ ਬੀਜ ਬਹੁਤ ਸ਼ੌਕ ਨਾਲ ਖਾਂਦੇ ਨੇ। ਕਿਉਂਕਿ ਦੇਖੋ ਨੇਚਰ ਨੇ, ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿੰਨਾ ਘਾਹ ਫੂਸ ਜਿਨ੍ਹਾਂ ਨੂੰ ਅਸੀਂ ਨਦੀਨ ਕਹਿੰਦੇ ਹਾਂ ਨਾ, ਉਹ ਭਾਵੇਂ ਕੰਗਣੀ ਹੈ, ਕੁਟਕੀ ਹੈ ਜਾਂ ਹੋਰ ਹੈ, ਇਹ ਜਿਹੜੇ ਬੀਜ ਨੇ ਨਾ, ਕੁਦਰਤ ਨੇ ਇਹਨਾਂ ਪੰਛੀਆਂ ਵਾਸਤੇ ਬਣਾਏ ਨੇ, ਕੀੜਿਆਂ ਵਾਸਤੇ, ਬਰਡ ਵਾਸਤੇ। ਪਰ ਅਸੀਂ ਉਹਨਾਂ ਨੂੰ ਪਾਉਂਦੇ ਹਾਂ ਜਲੇਬੀਆਂ, ਅਸੀਂ ਉਹਨਾਂ ਨੂੰ ਪਾਉਂਦੇ ਹਾਂ ਦੂਸਰਾ ਦਾਣਾ, ਫੱਕਾ, ਪਤਾਸੇ, ਹੈ ਨਾ। ਸੋ ਇਸ ਕਰਕੇ ਉਹ ਪੰਛੀਆਂ ਦੀ ਜਿਹੜੀ ਅੰਦਰੀ ਸਿਸਟਮ ਵੀ ਅਸੀਂ ਖਰਾਬ ਕਰ ਰਹੇ ਹਾਂ। ਦੂਸਰਾ, ਇਹ ਜਿਹੜਾ ਨਦੀਨ ਹੈ ਇਹਨੂੰ ਖਤਮ ਕਰਨ ਲਈ ਫਿਰ ਅਸੀਂ ਜਿਹੜਾ ਹੈਗਾ ਉੱਥੇ ਸਪਰੇਆਂ ਕਰਦੇ ਹਾਂ, ਉੱਥੇ ਰਾਊਂਡ ਅਪ ਮਾਰਦੇ ਹਾਂ, ਜ਼ਹਿਰਾਂ ਸੁੱਟਦੇ ਹਾਂ, ਅਸੀਂ ਦੁੱਗਣਾ ਨੁਕਸਾਨ ਕਰਦੇ ਹਾਂ। ਜੇ ਰੱਬ ਪੱਥਰ 'ਚ ਪਏ ਕੀੜੇ ਨੂੰ ਦਾਣਾ ਦਿੰਦਾ ਤਾਂ ਤੁਹਾਡੀ ਕੋਈ ਔਕਾਤ ਨਹੀਂ ਕਿ ਤੁਸੀਂ ਉੱਥੇ ਦਾਣੇ ਖਿਲਾਰਦੇ ਫਿਰੋ ਬਿਨਾਂ ਲੋੜ ਤੋਂ। ਖੈਰ, ਇਸ ਦੌਰਾਨ ਗੌਂਡਸੀਲ ਘਾਹ ਵਾਂਗੂ ਛੋਟਾ ਜਿਹਾ ਪੌਦਾ ਹੁੰਦਾ ਜਿਸ 'ਤੇ ਬੀਜ ਪੰਛੀ ਬੜੇ ਸ਼ੌਕ ਨਾਲ ਖਾਂਦੇ ਨੇ। ਖੁੰਬਾਂ ਦੇ ਮੌਸਮ ਦੇ ਵਿੱਚ ਉਹ ਖੁੰਬਾਂ ਵੀ ਅਖਬਾਰ 'ਚ ਲਪੇਟ ਕੇ ਟੋਕਰੀ ਅੰਦਰ ਰੱਖ ਲੈਂਦਾ ਸੀ, ਅਤੇ ਉਹਦਾ ਚਿਹਰਾ ਸਪਾਟ ਮਜ਼ਬੂਤ ਸੀ ਅਤੇ ਉਹਦੀ ਲਾਲ ਦਾੜ੍ਹੀ ਦੀ ਰੰਗਤ ਭੂਰੀ ਹੁੰਦੀ ਜਾ ਰਹੀ ਸੀ। ਝੁਰੜੀਆਂ ਨਾਲ ਭਰੇ ਚਿਹਰੇ ਤੋਂ ਉਦਾਸੀ ਟਪਕਦੀ ਸੀ। ਉਸ ਦੀ ਲੱਤ ਦੇ ਵਿੱਚ ਹਰ ਵਕਤ ਦਰਦ ਦੀ ਟੀਸ ਉੱਠਦੀ ਰਹਿੰਦੀ। ਇੱਕ ਦੁਰਘਟਨਾ ਕਾਰਨ ਉਸਦੀ ਇਹ ਲੱਤ ਕੱਟੀ ਗਈ ਸੀ ਅਤੇ ਹੁਣ ਸਹੀ ਸਲਾਮਤ ਲੱਤ ਤੋਂ ਉਸਦੀ ਇਹ ਲੱਤ 2 ਇੰਚ ਛੋਟੀ ਸੀ। ਲੱਤ ਦਾ ਦਰਦ ਅਤੇ ਕੰਮ ਕਰਨ ਦੀ ਸਮਰੱਥਾ ਹਰ ਵੇਲੇ ਮਨੁੱਖ ਦੇ ਨਾਸ਼ਵਾਨ ਹੋਣ ਦਾ ਅਹਿਸਾਸ ਕਰਾਉਂਦੀ ਹੈ। ਸ਼ਕਲ ਤੋਂ ਉਹ ਸੰਪੰਨ ਨਾ ਸਹੀ ਪਰ ਸਨਮਾਨਿਤ ਜ਼ਰੂਰ ਦਿਖਾਈ ਦਿੰਦਾ ਹੈ, ਕਿਉਂਕਿ ਉਸਦਾ ਨੀਲਾ ਓਵਰਕੋਟ ਭਾਵੇਂ ਬਹੁਤ ਪੁਰਾਣਾ ਹੋ ਚੁੱਕਾ ਸੀ ਅਤੇ ਉਸਦਾ ਨੀਲਾ ਓਵਰਕੋਟ ਭਾਵੇਂ ਬਹੁਤ ਪੁਰਾਣਾ ਹੋ ਚੁੱਕਾ ਸੀ ਉਸਦੇ ਕੱਪੜੇ ਭਾਵੇਂ ਫਟ ਚੁੱਕੇ ਸਨ, ਜੋ ਉਸਦੀ ਆਰਥਿਕ ਹਾਲਤ ਦਾ ਵਖਿਆਨ ਕਰਦੇ ਸਨ। ਪਰ ਫਿਰ ਵੀ ਉਹ ਆਪਣੇ ਕੰਮ ਦਾ ਐਡਾ ਸਿਰੜੀ ਸੀ, ਉਹ ਠੰਡ ਹੋਵੇ, ਮੌਸਮ ਦੇ ਵਿੱਚ ਗਰਮਾਇਸ਼ ਹੋਵੇ, ਬਾਰਿਸ਼ ਹੋਵੇ, ਕੱਕਰ ਹੋਵੇ, ਉਹ ਰੋਜ਼ ਮਿੱਥੇ ਜਿਹੇ ਸਮੇਂ 'ਤੇ ਉਸ ਜਗ੍ਹਾ ਤੋਂ ਜ਼ਰੂਰ ਆਪਣੀ ਟੋਕਰੀ ਅਤੇ ਬੀਜ ਇਕੱਠਾ ਕਰਨ ਦਾ ਸਮਾਨ ਸੱਲਾ ਲੈ ਕੇ ਲੰਘਦਾ ਸੀ। ਜੁਰਾਬਾਂ, ਸਰਦੀ ਦੀ ਟੋਪੀ ਲਗਾਤਾਰ ਵਰਤੋਂ ਕਾਰਨ ਉਸਦੀ ਘਿਸ ਚੁੱਕੀ ਸੀ। ਬਦਲਦੀਆਂ ਰੁੱਤਾਂ ਨੇ ਉਸ 'ਤੇ ਸਪੱਸ਼ਟ ਨਿਸ਼ਾਨ ਛੱਡੇ ਸਨ। ਦੁਰਘਟਨਾ ਤੋਂ ਪਹਿਲਾਂ ਉਹ ਡੂੰਘੇ ਪਾਣੀਆਂ 'ਚ ਮੱਛੀਆਂ ਫੜਦਾ ਹੁੰਦਾ ਸੀ, ਪਰ ਹੁਣ ਬੇਸ ਵਾਟਰ ਦੇ ਕਸਬੇ ਦੇ ਵਿੱਚ ਇੱਕ ਥਾਂ ਫੁੱਟਪਾਥ ਦੇ ਕਿਨਾਰੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਉਹ ਪਾਲਤੂ ਪੰਛੀਆਂ ਦਾ ਦਾਣਾ ਆਉਂਦੇ ਜਾਂਦਿਆਂ ਨੂੰ ਵੇਚ ਕੇ ਆਪਣੀ ਰੋਜ਼ਮਰ੍ਹਾ ਚਲਾਉਂਦਾ ਹੋਇਆ ਦਿਨ ਕੱਟੀ ਕਰ ਰਿਹਾ ਸੀ। ਜਿਵੇਂ ਕਿ ਉਹ ਦੱਸਦਾ ਸੀ
ਕਿ ਕਈ ਵਾਰ ਉਸਨੂੰ ਬੀਜ ਪ੍ਰਾਪਤ ਕਰਨ 'ਚ ਬੜੀ ਮੁਸ਼ਕਲ ਆਉਂਦੀ। ਉਹ ਸਵੇਰੇ 5 ਵਜੇ ਆਪਣੇ ਬਿਸਤਰ 'ਚ ਉੱਠਦਾ, ਭੱਜ ਦੌੜ ਦੇ ਵਿੱਚ ਲੰਡਨ ਤੋਂ ਦੂਰ ਪਿੰਡ ਜਾਣ ਵਾਲੀ ਗੱਡੀ ਫੜਦਾ। ਉਹ ਖੁੱਲ੍ਹੇ ਮੈਦਾਨਾਂ 'ਚ ਪਹੁੰਚ ਜਾਂਦਾ ਜਿੱਥੇ ਕੈਨਰੀ ਅਤੇ ਦੂਸਰੇ ਪਾਲਤੂ ਪੰਛੀਆਂ ਦੀ ਖੁਰਾਕ ਮਿਲਣ ਦੀ ਸੰਭਾਵਨਾ ਹੁੰਦੀ। ਬੜੀ ਮੁਸ਼ਕਲ ਨਾਲ ਆਪਣੀਆਂ ਅਸਮਰੱਥ ਕਮਜ਼ੋਰ ਲੱਤਾਂ ਧਰਤੀ 'ਤੇ ਘਸੀਟਦਾ ਉਹ ਤੁਰਿਆ ਰਹਿੰਦਾ। ਕੁਦਰਤ ਦਾ ਅੱਤਿਆਚਾਰ ਦੇਖੋ ਕਿ ਧਰਤੀ ਜਿਸ 'ਤੇ ਉਹ ਬੀਜ ਘਾਹ ਦੇ ਬੀਜ ਲੱਭਦਾ ਸੀ ਉਹ ਬਹੁਤ ਸੁੱਕੀ ਹੁੰਦੀ ਸੀ। ਆਮ ਤੌਰ 'ਤੇ ਉਸਨੂੰ ਸਿਰ ਝੁਕਾ ਕੇ ਚਿੱਕੜ ਅਤੇ ਕੋਹਰੇ ਦੇ ਵਿੱਚ ਪੀਲੀਆਂ ਛਤਰੀਆਂ ਵਾਲੇ ਛੋਟੇ ਛੋਟੇ ਪੌਦੇ ਇਕੱਠੇ ਕਰਨੇ ਪੈਂਦੇ ਸਨ। ਉਹ ਖੁਦ ਕਿਹਾ ਕਰਦਾ ਸੀ ਕਿ ਘੱਟ ਹੀ ਪੌਦਿਆਂ ਦੇ ਬੀਜ ਸਹੀ ਸਲਾਮਤ ਮਿਲਦੇ ਨੇ, ਹਾਲ ਦੀ ਘੜੀ ਜਿਹੜਾ ਕਿਸਮਤ ਵਿੱਚ ਹੁੰਦਾ ਉਹ ਮਿਲ ਜਾਂਦਾ। ਉਹ ਫਿਰ ਉਹਨਾਂ ਬੀਜਾਂ ਨੂੰ ਇਕੱਠੇ ਕਰਕੇ ਭੋਰ ਕੇ ਅੱਡ ਪੈਕਟ ਬਣਾਉਂਦਾ ਅਤੇ ਫਿਰ ਗੱਡੀ ਦੁਆਰਾ ਲੰਡਨ ਵਾਪਸ ਆਉਂਦਾ ਅਤੇ ਅਗਲੇ ਦਿਨ ਫਿਰ ਇਸੇ ਮੁਹਿੰਮ 'ਤੇ ਨਿਕਲ ਜਾਂਦਾ। ਸਵੇਰ ਤੋਂ ਸ਼ਾਮ ਤੱਕ ਦੀ ਮਿਹਨਤ ਤੋਂ ਪਿੱਛੋਂ ਰਾਤ ਦੇ 9-10 ਵਜੇ ਤੱਕ ਉਹ ਲੜਖੜਾਉਂਦਾ ਹੋਇਆ ਆਪਣੇ ਘਰ ਵੱਲ ਨੂੰ ਤੁਰ ਪੈਂਦਾ। ਇਹੋ ਜਿਹੇ ਮੌਕਿਆਂ 'ਤੇ ਵਿਸ਼ੇਸ਼ ਕਰਕੇ ਵਿਰੋਧੀ ਪ੍ਰਸਥਿਤੀਆਂ ਦੇ ਵਿੱਚ ਉਸਦੀਆਂ ਅੱਖਾਂ ਜਿਹੜੀਆਂ ਅਜੇ ਤੱਕ ਸਮੁੰਦਰ ਦੀਆਂ ਅਗਿਆਤ ਵਿਸ਼ਾਲਤਾਵਾਂ ਦੇਖਣ ਦੀ ਵਿਸ਼ੇਸ਼ਤਾ ਤੋਂ ਵਾਂਝੀਆਂ ਨਹੀਂ ਸਨ ਹੋਈਆਂ, ਆਤਮਾ ਦੀਆਂ ਗਹਿਰਾਈਆਂ ਦੇ ਵਿੱਚ ਲੁਕੇ ਹੋਏ ਸਤਾਈ ਦੁੱਖ ਬਾਰੇ ਦੱਸਦੀਆਂ ਸਨ। ਉਸਦੀ ਇਹ ਸਥਿਤੀ ਅਜਿਹੇ ਪੰਛੀ ਨਾਲ ਮਿਲਦੀ ਜੁਲਦੀ ਸੀ ਜਿਹੜਾ ਪੰਛੀ ਖੰਭ ਕੱਟਣ ਦੇ ਬਾਵਜੂਦ ਵਾਰ ਵਾਰ ਉੱਡਣ ਦੀ ਕੋਸ਼ਿਸ਼ ਕਰਦਾ। ਕਦੇ ਕਦੇ ਜਦੋਂ ਉਸਨੂੰ ਇਸ ਬੂਟੇ ਗੌਂਡਸੀਲ ਦੇ ਬੀਜ ਨਾ ਮਿਲਦੇ ਤਾਂ ਉਹ ਆਪਣੀ ਛੋਟੀ ਹੋ ਚੁੱਕੀ ਆ ਸਮਰੱਥ ਲੱਤ ਦੀ ਤਿੱਖੀ ਪੀੜ ਦੇ ਵਿੱਚ ਵਿਰੁਣਿਆ ਜਾਂਦਾ ਅਤੇ ਉਸਨੂੰ ਕੋਈ ਇਹ ਬੀਜ ਖਰੀਦਣ ਵਾਲਾ ਗਾਹਕ ਨਾ ਨਜ਼ਰ ਆਉਂਦਾ ਤਾਂ ਉਸਦੇ ਮੂੰਹੋਂ ਆਪ ਮੁਹਾਰੇ ਨਿਕਲਦਾ, ਉਹ ਕਿੰਨੀ ਔਖੀ ਹੈ ਇਹ ਜ਼ਿੰਦਗੀ। ਲੱਤ ਦਾ ਦਰਦ ਤਾਂ ਉਸਨੂੰ ਸਦਾ ਰਹਿੰਦੀ, ਫਿਰ ਵੀ ਆਪਣੇ ਦੁੱਖ ਗੌਂਡਸੀਲ ਦੇ ਬੀਜਾਂ ਦੀ ਘਾਟ ਜਾਂ ਗਾਹਕਾਂ ਦੀ ਲਾਪਰਵਾਹੀ ਦੀ ਸ਼ਿਕਾਇਤ ਬਹੁਤ ਘੱਟ ਕਰਦਾ। ਸ਼ਾਇਦ ਇਸ ਲਈ ਕਿ ਉਹ ਜਾਣਦਾ ਸੀ ਕਿ ਉਸਦੀ ਸ਼ਿਕਾਇਤ ਨੂੰ ਸੁਣਨ ਵਾਲੇ ਬਹੁਤ ਘੱਟ ਹੋਣਗੇ, ਕੋਈ ਫਾਇਦਾ ਨਹੀਂ ਹੈ। ਜਿਵੇਂ ਉਹ ਗੁਰਵਾਕ ਹੈ ਨਾ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਇਸ ਕਰਕੇ ਸ਼ਾਇਦ ਉਹ ਚੁੱਪ ਵੱਟ ਜਾਂਦਾ। ਉਹ ਫੁੱਟਪਾਥ 'ਤੇ ਚੁੱਪਚਾਪ ਬੈਠਾ ਜਾਂ ਖੜ੍ਹਾ ਲੰਘਣ ਵਾਲਿਆਂ ਨੂੰ ਵੇਖਦਾ ਰਹਿੰਦਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਕਦੇ ਲਹਿਰਾਂ ਨੂੰ ਵੇਖਦਾ ਰਹਿੰਦਾ ਸੀ ਜਿਹੜੀਆਂ ਬੇੜੀਆਂ ਆ ਕੇ ਲਹਿਰਾਂ ਨਾਲ ਟਕਰਾਉਂਦੀਆਂ। ਉਸ ਦੀਆਂ ਕਦੇ ਨਾ ਥੱਕਣ ਵਾਲੀਆਂ ਤਹਿਦਾਰ ਨੀਲੀਆਂ ਅੱਖਾਂ ਦੇ ਵਿੱਚ ਅਸਧਾਰਨ ਹੌਸਲਾ ਸਹਿਣਸ਼ੀਲਤਾ ਦੀਆਂ ਭਾਵਨਾਵਾਂ ਪ੍ਰਗਟ ਹੁੰਦੀਆਂ। ਅਚੇਤ ਰੂਪ ਦੇ ਵਿੱਚ ਇਹ ਭਾਵਨਾਵਾਂ ਇੱਕ ਅਜਿਹੇ ਵਿਅਕਤੀ ਦੇ ਧਰਮ ਨੂੰ ਪ੍ਰਗਟ ਕਰਦੀਆਂ ਨੇ ਜਿਹੜਾ ਹਰ ਵੱਡੀ ਤੋਂ ਵੱਡੀ ਔਕੜ ਦੇ ਵਿੱਚ ਕਹਿੰਦਾ ਹੁੰਦਾ ਸੀ ਕਿ ਮੈਂ ਆਖਰੀ ਦਮ ਤੱਕ ਲੜਾਂਗਾ। ਇਹ ਦੱਸਣਾ ਬਹੁਤ ਔਖਾ ਹੈ ਕਿ ਦਿਨ ਭਰ ਫੁੱਟਪਾਥ 'ਤੇ ਖੜ੍ਹਾ ਖੜ੍ਹਾ ਉਹ ਕੀ ਸੋਚਦਾ, ਪਰ ਉਸਦੀ ਸੋਚ ਪੁਰਾਣੇ ਯੁੱਗ ਨਾਲ ਸੰਬੰਧਿਤ ਹੋ ਸਕਦੀ ਸੀ ਜਾਂ ਹੋ ਸਕਦਾ ਹੈ ਕਿ ਗਡੌਨ ਦੇ ਕਿਨਾਰਿਆਂ ਦੇ ਬਾਰੇ ਉਹ ਵਿਚਾਰ ਕਰਦਾ ਹੋਵੇ ਜਾਂ ਗੌਂਡਸੀਲ ਬੂਟੇ ਦੇ ਬੀਜ ਦੀਆਂ ਕਲੀਆਂ ਦੇ ਬਾਰੇ ਫਿਕਰਮੰਦ ਹੋਵੇ ਜਿਹੜੀਆਂ ਚੰਗੀ ਤਰ੍ਹਾਂ ਨਾ ਖਿੜਦੀਆਂ ਹੋਣ। ਕਦੇ ਉਸਦੀ ਲੱਤ ਉਸਦੀ ਚਿੰਤਾ ਦਾ ਵਿਸ਼ਾ ਬਣ ਜਾਂਦੀ, ਕਦੇ ਉਹ ਕੁੱਤੇ ਜਿਹੜੇ ਉਸਦੀ ਟੋਕਰੀ ਨੂੰ ਸੁੰਘਦੇ ਅੱਗੇ ਵੱਧਦੇ ਅਤੇ ਬਦਤਮੀਜ਼ੀ ਦਾ ਪ੍ਰਦਰਸ਼ਨ ਕਰਦੇ ਉਹਨਾਂ ਬਾਰੇ ਸੋਚਦਾ। ਸੰਭਾਵਿਤ ਹੈ ਕਿ ਉਹ ਆਪਣੇ ਘਰਵਾਲੀ ਦਾ ਵੀ ਉਸਨੂੰ ਫਿਕਰ ਸੀ। ਉਸਦੀ ਘਰਵਾਲੀ ਗਠੀਆ ਦੀ ਪੀੜਦਾਇਕ ਰੋਗ ਨਾਲ ਗ੍ਰਸਤ ਸੀ, ਕਦੇ ਉਹ ਬੰਦਾ ਮਛੇਰਾ ਸੀ, ਇਸ ਲਈ ਉਹ ਅਜੇ ਤੱਕ ਚਾਹ ਦੇ ਨਾਲ ਹੇਰਿੰਗ ਮੱਛੀ ਖਾਣ ਦੀ ਉਸਦੀ ਇੱਛਾ ਆਉਂਦੀ ਸੀ। ਸੰਭਵ ਹੈ ਕਿ ਉਹੀ ਸੋਚਦਾ ਹੋਵੇ ਕਿ ਮੱਛੀ ਕਿਵੇਂ ਪ੍ਰਾਪਤ ਕਰੇ, ਮਕਾਨ ਦਾ ਕਿਰਾਇਆ ਵੀ ਦੇਣਾ, ਇਸ ਦੀ ਚਿੰਤਾ ਵੀ ਉਸਨੂੰ ਪਾਗਲ ਕਰਦੀ ਕਿ ਗਾਹਕਾਂ ਦੀ ਗਿਣਤੀ ਜਿਹੜੀ ਦਿਨ ਬ ਦਿਨ ਘੱਟ ਰਹੀ ਹੈ
ਇੱਕ ਵਾਰੀ ਫਿਰ ਲੱਤ ਦੇ ਦਰਦ ਦੇ ਤਿੱਖੇ ਬਣਦਾ ਉਸਨੂੰ ਅਹਿਸਾਸ ਹੁੰਦਾ ਅਤੇ ਉਹ ਫਿਰ ਆਖਦਾ ਉਫ ਕਿੰਨੀ ਔਖੀ ਹੈ ਇਹ ਜ਼ਿੰਦਗੀ ਜਿਉਣੀ। ਰਾਹ ਵਿੱਚ ਤੁਰਦਿਆਂ ਤੁਰਦਿਆਂ ਉਸ ਕੋਲ ਇੰਨਾ ਸਮਾਂ ਨਹੀਂ ਸੀ ਹੁੰਦਾ ਕਿ ਉਹ ਇੱਕ ਪਲ ਰੁਕ ਕੇ ਕਿਸੇ ਚੀਜ਼ ਨੂੰ ਦੇਖ ਸਕੇ, ਕਿਉਂਕਿ ਉਸਨੂੰ ਆਪਣੀ ਵਾਟ ਮੁਕਾਉਣ ਦਾ ਫਿਕਰ ਲੱਗਿਆ ਰਹਿੰਦਾ। ਕਦੇ ਕਦਾਈ ਕੋਈ ਔਰਤ ਆਪਣੇ ਚਹੇਤੇ ਮੀਆਂ ਮਿੱਠੂ ਦੇ ਨਾਲ ਇੱਕ ਅੱਧੀ ਪਿੰਨੀ ਦਾ ਬੀਜ ਖਰੀਦੀ ਅਤੇ ਝਟਪਟ ਅੱਗੇ ਵੱਧ ਜਾਂਦੀ। ਸੱਚੀ ਗੱਲ ਤਾਂ ਇਹ ਹੈ ਕਿ ਲੋਕ ਉਸ ਵੱਲ ਦੇਖਦੇ ਵੀ ਕਿਉਂ, ਉਸ ਦੇ ਵਿੱਚ ਦੇਖਣ ਵਾਲੀ ਕੋਈ ਗੱਲ ਹੀ ਨਹੀਂ ਸੀ। ਵਿਚਾਰਾ ਸਿੱਧਾ ਸਾਦਾ, ਭੂਰੀ ਦਾੜ੍ਹੀ, ਕਮਜ਼ੋਰ ਸਰੀਰ, ਚਿਹਰੇ 'ਤੇ ਝੁਰੜੀਆਂ, ਲਾਲ ਕਰੜ ਵਰੜੀ ਦਾੜ੍ਹੀ ਅਤੇ ਕੱਪੜਿਆਂ 'ਚੋਂ ਪਸੀਨੇ ਦੀ ਆਉਂਦੀ ਬੋ, ਅਤੇ ਇਸ ਕਰਕੇ ਉਸਦੀ ਇੱਕ ਲੱਤ 'ਚ ਨੁਕਸ ਅਤੇ ਉਸ ਦੇ ਬੀਜ ਵੀ ਇੰਨੇ ਖਰਾਬ ਹੁੰਦੇ ਕਿ ਲੋਕ ਆਪਣੇ ਪੰਛੀਆਂ ਨੂੰ ਖਵਾਉਣਾ ਪਸੰਦ ਨਾ ਕਰਦੇ ਅਤੇ ਸਾਫ਼ ਕਹਿ ਦਿੰਦੇ ਕਿ ਅੱਜ ਕੱਲ੍ਹ ਤੇਰੇ ਬੀਜ ਗੌਂਡਸੇਲ ਦੇ ਬੀਜ ਚੰਗੇ ਨਹੀਂ ਹੁੰਦੇ, ਅਤੇ ਫਿਰ ਨਾਲ ਹੀ ਮੁਆਫ਼ੀ ਸਹਿਤ ਕਹਿ ਦਿੰਦੇ ਰੁੱਤ ਵੀ ਖਰਾਬ ਹੈ। ਅਜਿਹੇ ਮੌਕਿਆਂ 'ਤੇ ਉਹ ਇਸ ਤਰ੍ਹਾਂ ਉਤਰਦਾ, ਜੀ ਜੀ ਮਦਾਮ ਜੀ, ਮੈਡਮ ਜੀ, ਮੌਸਮ ਬੜਾ ਖਰਾਬ ਹੈ, ਸ਼ਾਇਦ ਤੁਸੀਂ ਜਾਣਦੇ ਹੋਵੋਗੇ, ਇਸੇ ਥਾਂ 'ਤੇ ਮੇਰੀ ਲੱਤ ਦਾ ਦਰਦ ਵੱਧ ਗਿਆ ਇਸੇ ਕਰਕੇ, ਮੌਸਮ ਕਰਕੇ। ਉਸ ਦੀ ਗੱਲ 100% ਸੱਚ ਸੀ, ਪਰ ਲੋਕ ਇਸ 'ਤੇ ਧਿਆਨ ਨਾ ਦਿੰਦੇ ਅਤੇ ਆਪਣੇ ਕੰਮ ਲਈ ਅੱਗੇ ਵੱਧ ਜਾਂਦੇ। ਸ਼ਾਇਦ ਉਹ ਸਮਝਦੇ ਹੋਣ ਕਿ ਲੰਗੜੇ ਦੀ ਹਰ ਗੱਲ ਦੇ ਵਿੱਚ ਆਪਣੀ ਲੱਤ ਦਾ ਜ਼ਿਕਰ ਕਰਨਾ ਸ਼ੋਭਾ ਨਹੀਂ ਦਿੰਦਾ, ਅਤੇ ਇਹੀ ਲੱਗਦਾ ਸੀ ਕਿ ਆਪਣੀ ਲੱਤ ਦਾ ਹਵਾਲਾ ਦੇ ਕੇ ਉਹ ਦੂਜਿਆਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦਾ ਕਿ ਇਸ ਕਰਕੇ ਕਰਦੇ, ਪਰ ਉਹ ਕਹਿੰਦਾ ਕਿ ਠੰਡ ਕਰਕੇ ਮੇਰੀ ਲੱਤ 'ਚ ਦਰਦ ਵੱਧ ਰਿਹਾ, ਪਰ ਲੋਕ ਉਸਨੂੰ ਉਸਦਾ ਡਰਾਮਾ ਮਹਿਸੂਸ ਕਰਦੇ। ਅਸਲ ਗੱਲ ਇਹ ਹੈ ਕਿ ਉਸ ਵਿਅਕਤੀ ਦੇ ਵਿੱਚ ਇਹ ਸ਼ਰਮ, ਲਿਹਾਜ਼ ਅਤੇ ਸ਼ਰਾਫਤ ਮੌਜੂਦ ਸੀ ਜਿਹੜੇ ਗਹਿਰੇ ਪਾਣੀ ਦੇ ਮਛੇਰਿਆਂ ਦੀ ਵਿਸ਼ੇਸ਼ਤਾ ਸੀ, ਕਿਉਂਕਿ ਮੱਛੀ ਫੜਨ ਦੀ ਫਿਤਰਤ ਦੇ ਵਿੱਚ ਉਹ ਬਹੁਤ ਗਹਿਰ ਗੰਭੀਰ, ਘੰਟਿਆਂ ਬੱਧੀ ਬੈਠਣ ਦੀ ਆਦਤ ਬਣ ਜਾਂਦੀ ਹੈ। ਜਿਸ ਤਰ੍ਹਾਂ ਦਾ ਕਿਸੇ ਵਿਅਕਤੀ ਦਾ ਪ੍ਰੋਫੈਸ਼ਨ ਜਾਂ ਕੰਮ ਕਾਜ ਹੁੰਦਾ, ਉਸੇ ਤਰ੍ਹਾਂ ਦੀ ਉਸਦੀ ਆਦਤ ਬਣ ਜਾਂਦੀ ਹੈ। ਪਰ ਲੱਤ ਦਾ ਜ਼ਖਮ ਉਸਦਾ ਇੰਨਾ ਪੁਰਾਣਾ ਹੋ ਚੁੱਕਾ ਸੀ ਕਿ ਉਸਨੂੰ ਹਰ ਸਮੇਂ ਇਸਦਾ ਫਿਕਰ ਰਹਿੰਦਾ। ਦੁੱਖ ਅਤੇ ਪੀੜ ਉਸਦੇ ਜੀਵਨ ਦਾ ਅਭਿੰਨ ਅੰਗ ਬਣ ਗਏ ਸੀ। ਉਹ ਚਾਹੁੰਦਾ ਵੀ ਸੀ ਉਸ ਤੋਂ ਇਹ ਜ਼ਿਕਰ ਤੋਂ ਬਾਜ ਵੀ ਨਾ ਆਉਂਦਾ। ਕਈ ਵਾਰੀ ਜਦੋਂ ਮੌਸਮ ਚੰਗਾ ਹੁੰਦਾ ਤਾਂ ਉਸਦੇ ਗਾਹਕਾਂ ਵੱਲੋਂ ਅਜਿਹੀਆਂ ਤਸੱਲੀਆਂ ਦੀ ਉਸਨੂੰ ਲੋੜ ਨਹੀਂ ਸੀ ਪੈਂਦੀ। ਗਾਹਕ ਵੀ ਖੁਸ਼ ਹੋ ਕੇ ਉਸਨੂੰ ਅੱਧੀ ਪੈਨੀ ਦੀ ਥਾਂ ਇੱਕ ਪਿੰਨੀ ਦੇ ਦਿੰਦੇ। ਹੋ ਸਕਦਾ ਹੈ ਕਿ ਇਸ ਟਿੱਪ ਦੇ ਕਾਰਨ ਉਸਨੂੰ ਉਚੇਤ ਤੌਰ 'ਤੇ ਆਪਣੀ ਲੱਤ ਦਾ ਜ਼ਿਕਰ ਕਰਨ ਦੀ ਆਦਤ ਪੈ ਗਈ ਹੋਵੇ। ਉਹ ਕਦੇ ਛੁੱਟੀ ਵੀ ਨਹੀਂ ਸੀ ਕਰਦਾ, ਹਰ ਮਿੱਥੇ ਸਮੇਂ ਉਹ ਆਪਣੇ ਫੁੱਟਪਾਥ 'ਤੇ ਉਹ ਬੀਜ ਵੇਚਦਾ। ਕਦੇ ਕਦਾਈ ਉਹ ਆਪਣੀ ਥਾਂ ਤੋਂ ਗਾਇਬ ਹੋ ਜਾਂਦਾ। ਅਜਿਹਾ ਉਦੋਂ ਹੁੰਦਾ ਜਦੋਂ ਉਸਦੀ ਲੱਤ ਦੇ ਵਿੱਚ ਦਰਦ ਬੇਹੱਦ ਵੱਧ ਜਾਂਦਾ, ਅਤੇ ਅਜਿਹੀ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕਰਦਾ ਕਿ ਅੱਜ ਦਾ ਦੁੱਖ ਦਾ ਪਹਾੜ ਆ ਗਿਆ। ਬਿਮਾਰ ਹੁੰਦਾ ਤਾਂ ਉਸਦਾ ਖਰਚਾ ਵੱਧ ਜਾਂਦਾ, ਫਿਰ ਜਦੋਂ ਕੰਮ ਤੋਂ ਮੁੜਦਾ ਤਾਂ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਦਾ। ਚੰਗੇ ਬੀਜਾਂ ਦੀ ਖੋਜ ਦੇ ਵਿੱਚ ਉਹ ਦੂਰ ਦੁਰਾਡੇ ਤੱਕ ਨਿਕਲ ਜਾਂਦਾ, ਦੇਰ ਰਾਤ ਤੱਕ ਫੁੱਟਪਾਥ 'ਤੇ ਖੜ੍ਹਾ ਰਹਿੰਦਾ ਤਾਂ ਕਿ ਵਿਕਰੀ ਜ਼ਿਆਦਾ ਹੋਵੇ ਅਤੇ ਉਸ ਦੀਆਂ ਕੀਤੀਆਂ ਹੋਈਆਂ ਛੁੱਟੀਆਂ ਦਾ ਨੁਕਸਾਨ ਪੂਰਾ ਹੋਵੇ, ਕਿਉਂਕਿ ਘਰ ਦਾ ਕਿਰਾਇਆ, ਘਰਾਂ ਦੇ ਖਰਚੇ, ਬਿਮਾਰ ਪਤਨੀ ਦੀ ਦਵਾਈ, ਅਤੇ ਉਸ ਛੁੱਟੀ ਦੇ ਖਾਪੇ ਨੂੰ ਪੂਰਾ ਕਰਨ ਦੇ ਲਈ ਵੱਧ ਮਿਹਨਤ ਕਰਦਾ। ਉਸ ਲਈ ਖੁਸ਼ੀ ਦਾ ਕੇਵਲ ਇੱਕੋ ਮੌਕਾ ਸੀ, ਉਹ ਸੀ ਕ੍ਰਿਸਮਸ ਦਾ ਤਿਉਹਾਰ। ਕਾਰਨ ਇਹ ਸੀ ਕਿ ਕ੍ਰਿਸਮਸ 'ਤੇ ਲੋਕ ਆਪਣੇ ਪਾਲਤੂ ਪੰਛੀਆਂ 'ਤੇ ਕੁਝ ਜ਼ਿਆਦਾ ਦਿਆਲ ਹੋ ਜਾਂਦੇ, ਜਿਸ ਕਾਰਨ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਉਸ 'ਤੇ ਬੀਜਾਂ ਦੀ ਵਿਕਰੀ ਵੱਧ ਜਾਂਦੀ। ਵੱਡੇ ਦਿਨ 'ਤੇ ਤਾਂ ਕਈ ਵਿਸ਼ੇਸ਼ ਗਾਹਕ ਉਸਨੂੰ 6 ਪੈਸੇ ਦੀ ਰਕਮ ਵੀ ਦਿੰਦੇ। ਫਿਰ ਇਹ ਵੀ ਗੱਲ ਜ਼ਿਆਦਾ ਸੁਖਦਾਈ ਨਹੀਂ ਸੀ, ਕਿਉਂਕਿ ਆਰਥਿਕ ਪ੍ਰਸਥਿਤੀਆਂ ਚੰਗੀਆਂ ਹੋਣ ਜਾਂ ਮਾੜੀਆਂ, ਇਹਨਾਂ ਦਿਨਾਂ ਦੇ ਵਿੱਚ ਹਰ ਸਾਲ ਉਸਨੂੰ ਦਮੇ ਦਾ ਰੋਗ ਦੱਬ ਲੈਂਦਾ ਸੀ ਕ੍ਰਿਸਮਸ ਦੌਰਾਨ।
ਰੋਗ ਦੇ ਦੌਰੇ ਤੋਂ ਬਾਅਦ ਉਸਦਾ ਚਿਹਰਾ ਪੀਲਾ ਪੈ ਜਾਂਦਾ, ਨੀਲੀਆਂ ਅੱਖਾਂ ਦੇ ਵਿੱਚੋਂ ਨੀਂਦਰੇ ਦੀ ਧੁੰਦ ਦਿਖਾਈ ਦਿੰਦੀ। ਇੰਝ ਲੱਗਦਾ ਜਿਵੇਂ ਉਹ ਕਿਸੇ ਮਛੇਰੇ ਦਾ ਭੂਤ ਹੋਵੇ ਜਿਹੜਾ ਸਮੁੰਦਰ ਵਿੱਚ ਡੁੱਬ ਗਿਆ ਹੋਵੇ। ਅਜਿਹੇ ਵਕਤ ਸ਼ਾਮ ਦੇ ਧੁੰਦਲੇ ਪ੍ਰਕਾਸ਼ ਦੇ ਵਿੱਚ ਉਹ ਅੱਧ ਪੱਕੇ ਗੌਂਡਸੀਲ ਦੇ ਬੀਜ ਲੱਭਦਾ ਜਿਨ੍ਹਾਂ ਨੂੰ ਪੰਛੀ ਸ਼ੌਕ ਨਾਲ ਖਾ ਸਕਣ। ਉਸਦੇ ਪੀਲੇ ਖੁਰਦਰੇ ਹੱਥ ਕੰਬ ਕੰਬ ਜਾਂਦੇ ਅਤੇ ਉਹ ਅਕਸਰ ਕਹਿੰਦਾ ਹੁੰਦਾ ਸੀ, ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਸ਼ੁਰੂ ਦੇ ਵਿੱਚ ਇਸ ਮਾਮੂਲੀ ਜਿਹੇ ਕੰਮ ਲਈ ਖੁਦ ਨੂੰ ਤਿਆਰ ਕਰਨ ਦੇ ਵਿੱਚ ਕਿੰਨੀ ਕਠਿਨਾਈ ਪੇਸ਼ ਆਈ। ਉਹਨੇ ਦਿਨੀ ਲੱਤ ਦਾ ਜ਼ਖਮ ਨਵਾਂ ਸੀ ਅਤੇ ਕਈ ਵਾਰ ਤੁਰਦਿਆਂ ਹੋਇਆਂ ਉਸਨੂੰ ਇੰਝ ਲੱਗਦਾ ਜਿਵੇਂ ਮੇਰੀ ਲੱਤ ਪਿੱਛੇ ਰਹਿ ਜਾਵੇਗੀ। ਮੈਂ ਇੰਨਾ ਕਮਜ਼ੋਰ ਸੀ ਕਿ ਚਿੱਕੜ ਦੇ ਵਿੱਚ ਉਸ ਲੱਤ ਨੂੰ ਘਸੀਟਣਾ ਸੰਸਾਰ ਦਾ ਸਭ ਤੋਂ ਔਖਾ ਕੰਮ ਨਜ਼ਰ ਆਉਂਦਾ। ਉੱਪਰੋਂ ਪਤਨੀ ਦੀ ਦਿਨ ਪਰ ਦਿਨ ਵੱਧਦੀ ਬਿਮਾਰੀ ਨੇ ਉਸਨੂੰ ਪਰੇਸ਼ਾਨ ਕਰ ਦਿੱਤਾ ਸੀ ਕਿਉਂਕਿ ਉਸਦੀ ਪਤਨੀ ਗਠੀਏ ਦਾ ਸ਼ਿਕਾਰ ਹੋ ਗਈ ਸੀ। ਦੇਖਿਆ ਤੁਸੀਂ ਮੇਰਾ ਜੀਵਨ ਸਿਰ ਤੋਂ ਪੈਰਾਂ ਤੱਕ ਦੁੱਖਾਂ ਨਾਲ ਭਰਿਆ। ਉਹਦੇ ਅੰਦਰੋਂ ਇੱਕ ਆਹ ਨਿਕਲਦੀ। ਇੱਥੇ ਉਹ ਇੱਕ ਅਵਿਸ਼ਵਾਸਯੋਗ ਅੰਦਾਜ਼ ਦੇ ਵਿੱਚ ਮੁਸਕਰਾਉਂਦਾ ਅਤੇ ਫਿਰ ਆਪਣੀ ਲੱਤ ਵੱਲ ਵੇਖਦਿਆਂ ਹੋਇਆਂ ਜਿਹੜੀ ਪਿੱਛੇ ਘਿਸੜ ਨਹੀਂ ਸੀ ਰਹੀ ਮਾਣ ਮੱਤੇ ਢੰਗ ਨਾਲ ਕਹਿੰਦਾ, ਤੁਸੀਂ ਦੇਖਦੇ ਹੋ ਨਾ, ਹੁਣ ਇਸ ਦੇ ਵਿੱਚ ਕੋਈ ਜਾਨ ਨਹੀਂ ਰਹੀ। ਇਸ ਦਾ ਮਾਸ ਮਰ ਚੁੱਕਾ ਹੈ, ਇਸ ਦੀਆਂ ਨਾੜਾਂ ਸੁੱਕ ਰਹੀਆਂ ਨੇ। ਉਸਨੂੰ ਦੇਖਣ ਵਾਲੇ ਕਿਸੇ ਵੀ ਬੰਦੇ ਲਈ ਇਹ ਜਾਣਨਾ ਔਖਾ ਸੀ ਕਿ ਆਖਰ ਇਸ ਗਰੀਬ ਅਪੰਗ ਨੂੰ ਜੀਵਨ ਵਿੱਚ ਕੀ ਦਿਲਚਸਪੀ ਹੈ। ਉਹ ਕਿਉਂ ਜ਼ਿੰਦਗੀ ਜਿਉਣਾ ਚਾਹੁੰਦਾ ਇੰਨੀ ਲਾਚਾਰੀ ਦੇ ਵਿੱਚ। ਸਥਾਈ ਲਾਚਾਰੀ, ਦੁੱਖ ਅਤੇ ਦਰਦ ਦੇ ਸਿਆਹ ਪਰਦਿਆਂ ਦੇ ਹੇਠ ਉਹ ਥੱਕੇ ਹਾਰੇ ਮਜਬੂਰ ਪੰਛੀ ਲਈ ਜਿਹੜਾ ਇਸ ਦੀ ਆਤਮਾ ਦੇ ਵਿੱਚ ਲੁਕਿਆ ਹੋਇਆ। ਹੌਲੀ ਹੌਲੀ ਉਹ ਆਪਣੇ ਜਰਜਰੇ ਖੰਭ ਹਿਲਾਉਂਦਾ ਰਹਿੰਦਾ ਸੀ। ਜੀਵਨ ਦੀ ਰੋਸ਼ਨੀ ਨੂੰ ਦੇਖਣਾ ਬਹੁਤ ਔਖਾ ਸੀ। ਇਸ ਬੰਦੇ ਦਾ ਜੀਵਨ ਨਾਲ ਚਿੰਬੜੇ ਰਹਿਣਾ ਬਿਲਕੁਲ ਅਸੁਭਾਵਿਕ ਦਿਖਾਈ ਦਿੰਦਾ ਸੀ। ਭਵਿੱਖ ਵਿੱਚ ਉਸ ਲਈ ਕੋਈ ਆਸ ਦੀ ਕਿਰਨ ਨਹੀਂ ਸੀ। ਉਸਦਾ ਆਉਣ ਵਾਲਾ ਹਰ ਪਲ ਪਿਛਲੇ ਨਾਲੋਂ ਮਾੜਾ ਹੁੰਦਾ। ਉਸਦੀ ਪਤਨੀ ਦੀ ਕਮਜ਼ੋਰੀ ਅਤੇ ਉਸਦੀ ਖੁਦ ਦੀ ਕਮਜ਼ੋਰੀ ਵੱਧਦੀ ਜਾਂਦੀ। ਬੀਜ ਲਗਾਤਾਰ ਘੱਟ ਰਹੇ ਸਨ, ਗਾਹਕ ਲਗਾਤਾਰ ਘੱਟ ਰਹੇ ਸਨ, ਆਮਦਨ ਲਗਾਤਾਰ ਘੱਟ ਰਹੀ ਸੀ ਅਤੇ ਦਰਦ ਉਸਦੇ ਲਗਾਤਾਰ ਵੱਧ ਰਹੇ ਸਨ। ਪਰ ਫਿਰ ਵੀ ਉਹ ਡੋਲਦਾ ਨਾ, ਲੱਤਾਂ ਘੜੀਸ ਘੜੀਸ ਕੇ ਆਪਣੇ ਕੰਮ 'ਚ ਲੱਗਿਆ ਰਹਿੰਦਾ। ਉਸਨੂੰ ਇਹ ਵੀ ਸਪੱਸ਼ਟ ਸੀ ਕਿ ਉਸਦਾ ਭਵਿੱਖ ਉਸਦੇ ਅੱਜ ਵਰਤਮਾਨ ਦੇ ਨਾਲੋਂ ਜ਼ਿਆਦਾ ਖਰਾਬ ਅਤੇ ਖਸਤਾ ਹੋਵੇਗਾ। ਰਹੀ ਅਗਲੀ ਦੁਨੀਆ, ਉਹਦੇ ਬਾਰੇ ਤਾਂ ਬੜੇ ਰਹੱਸਪੂਰਵ ਢੰਗ ਨਾਲ ਕਹਿੰਦਾ ਕਿ ਮੇਰੀ ਪਤਨੀ ਦਾ ਵਿਚਾਰ ਹੈ ਕਿ ਦੂਜੀ ਦੁਨੀਆ ਇਸ ਦੁਨੀਆ ਨਾਲੋਂ ਬਹਿਰਹਾਲ ਬੁਰੀ ਨਹੀਂ ਹੋ ਸਕਦੀ, ਜਾਣੀ ਕਿ ਸਵਰਗ ਨਰਕ ਜੋ ਵੀ ਆਏਗਾ ਮਰਨ ਤੋਂ ਬਾਅਦ। ਜੇ ਇਸ ਜੀਵਨ ਤੋਂ ਬਾਅਦ ਦੂਜਾ ਜੀਵਨ ਹੈ ਤਾਂ ਮੈਂ ਸਮਝਦਾ ਉਸਦੀ ਗੱਲ ਸਹੀ ਹੈ। ਫਿਰ ਵੀ ਇੱਕ ਗੱਲ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਉਸਦੇ ਦਿਮਾਗ ਵਿੱਚ ਇਹ ਕਦੇ ਵਿਚਾਰ ਨਹੀਂ ਸੀ ਆਇਆ ਕਿ ਉਹ ਅਜਿਹਾ ਨਰਕ ਭਰਿਆ ਜੀਵਨ ਕਿਉਂ ਬਤੀਤ ਕਰ ਰਿਹਾ। ਉਹਨੇ ਕਦੇ ਨਹੀਂ ਸੀ ਸੋਚਿਆ। ਕਿੱਡੀ ਪੋਜ਼ਿਟਿਵਿਟੀ ਹੈ ਯਾਰ, ਕਹਾਣੀ ਕਮਾਲ ਹੈ। ਵੈਸੇ ਜੇ ਤੁਸੀਂ ਨੀਜ਼ ਨਾਲ ਨਾ ਉਸ ਬੰਦੇ ਦੀ ਸੋਚ ਨਾਲ ਤੁਰੋ ਜਿਹੜੇ ਸ਼ਬਦ ਮੈਂ ਕਹਿ ਰਿਹਾ, ਤਾਂ ਬੰਦਾ ਖੁਦਕੁਸ਼ੀ ਵੀ ਨਾ ਕਰੇ। ਕਿਸ ਤਰ੍ਹਾਂ ਦੇ ਹਾਲਾਤਾਂ 'ਚ ਯਾਰ ਲੋਕ ਜਿਉਂਦੇ ਨੇ। ਖੈਰ, ਪਰ ਉਸਨੂੰ ਇਹ ਵੀ ਇਲਮ ਸੀ ਕਿ ਅਗਲੇ ਪਲ ਅਗਲੇ ਦਿਨ ਉਸਦੇ ਲਈ ਬਹੁਤ ਦੁਖਦ ਹੋਣਗੇ। ਪਰ ਉਹਨੇ ਫਿਰ ਵੀ ਸ਼ਿਕਵਾ ਨਾ ਕੀਤਾ, ਨਾ ਉਸ ਬਾਰੇ ਸੋਚਦਾ। ਬਸ ਆਪਣੀ ਧੁੰਨ ਦਾ ਪੱਕਾ ਗੌਂਡਵੀਲ ਦੇ ਬੀਜ ਇਕੱਠੇ ਕਰਦਾ ਅਤੇ ਲੱਤਾਂ ਘਸੀਟਦਾ ਲੰਡਨ ਪੁੱਜਦਾ। ਲੰਡਨ ਦੇ ਉਸ ਚੌਕ ਦੇ ਵਿੱਚ ਪੁੱਜਦਾ ਅਤੇ ਉੱਥੇ ਆਪਣੇ ਬੀਜ ਉਹਨਾਂ ਪਾਲਤੂ ਪੰਛੀ ਰੱਖਣ ਵਾਲਿਆਂ ਨੂੰ ਵੇਚਣ ਦੀ ਉਡੀਕ ਦੇ ਵਿੱਚ ਉਹ ਦੇਰ ਰਾਤ ਤੱਕ ਖੜ੍ਹਾ ਰਹਿੰਦਾ। ਉਹ ਦੁੱਖ ਵੀ ਉਠਾ ਰਿਹਾ ਸੀ। ਇਉਂ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਆਪਣੇ ਦੁੱਖਾਂ ਬਾਰੇ ਇਹ ਸੋਚ ਕੇ ਉਸਨੇ ਆਪਣੀ ਸਹਿਣਸ਼ੀਲਤਾ ਦੀ ਉਹਨਾਂ ਨਾਲ ਤੁਲਨਾ ਕਰਕੇ ਉਸਨੂੰ ਕੋਈ ਅੰਦਰੂਨੀ ਖੁਸ਼ੀ ਮਿਲਦੀ।
ਜਾਣੀ ਜਿਸ ਜਿਹੜੇ ਉਸਨੂੰ ਦੁੱਖ ਸਨ, ਉਹਨਾਂ ਦੁੱਖਾਂ ਨੂੰ ਉਹ ਆਪਣੇ ਦੁੱਖ ਝੱਲਣ ਦੀ ਤਾਕਤ ਨਾਲ, ਆਪਣੀ ਸਹਿਣਸ਼ੀਲਤਾ ਨਾਲ ਜਦੋਂ ਟਾਕਰਾ ਕਰਦਾ ਤਾਂ ਉਸਨੂੰ ਖੁਸ਼ੀ ਮਿਲਦੀ ਕਿ ਮੇਰੇ 'ਚ ਮੇਰੇ ਦੁੱਖਾਂ ਨਾਲੋਂ ਜ਼ਿਆਦਾ ਦੁੱਖ ਝੱਲਣ ਦੀ ਆਦਤ ਹੈ। ਇਹ ਗੱਲ ਉਸਨੂੰ ਬਹੁਤ ਸੁਖਦਾਈ ਲੱਗਦੀ। ਉਹ ਮਨੁੱਖਤਾ ਦਾ ਭਵਿੱਖ ਦਰਪਣ ਸੀ, ਅਜਿਹੀ ਆਸ ਸੀ ਜਿਹੜੀ ਕਿਤੇ ਹੋਰ ਨਹੀਂ ਦਿਖਾਈ ਦਿੰਦੀ। ਇਹਦੇ 'ਚ ਹੁਣ ਤੁਸੀਂ ਵੇਖੋ ਕਿ ਜਿਹੜਾ ਧਰਮ ਦਾ ਪੋਜ਼ਿਟਿਵ ਪੱਖ ਹੈ ਕਿ ਭਾਈ ਕਰਮ ਕਰੋ, ਫਲ ਦੀ ਆਸ ਨਾ ਰੱਖੋ, ਕਿਰਤ ਨੂੰ ਜਿਹੜੀ ਪ੍ਰਧਾਨਤਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਇਹ ਉਹ ਧਾਰਨਾ ਹੈ। ਸੋ ਇਸ ਭਰੀ ਪੂਰੀ ਦੁਨੀਆ ਦੇ ਵਿੱਚ ਰੌਲੇ ਰੱਪੇ ਨਾਲ ਉਸ ਆਵਾਜ਼ ਤੇਜ਼ ਤਰਾਰ ਚੱਲਦੀ ਸੜਕ ਦੇ ਕੰਢੇ ਉਹ ਟੋਕਰੀ ਦੇ ਕੋਲ ਸੋਟੀ ਦੇ ਸਹਾਰੇ ਉਹ ਆਪਣਾ ਨਿਡਾਲ ਪਰੰਤੂ ਚਿਹਰੇ 'ਤੇ ਕੋਈ ਦ੍ਰਿੜ ਸੰਕਲਪ ਅਤੇ ਇਸ ਮਹਾਨ ਅਤੇ ਅਸਧਾਰਨ ਮਨੁੱਖੀ ਯੁੱਗ ਦੀ ਇੱਕ ਜਰਜਰ ਮੂਰਤੀ ਵਾਂਗ ਖੜ੍ਹਾ ਸੀ, ਜਿਸ ਨਾਲੋਂ ਜ਼ਿਆਦਾ ਆਸ਼ਾਪੂਰਨ ਅਤੇ ਉਤਸ਼ਾਹਜਨਕ ਭਾਵਨਾ ਦੁਨੀਆ ਦੇ ਵਿੱਚ ਕੋਈ ਨਹੀਂ ਸੀ। ਉਹ ਆਸ ਤੋਂ ਬਿਨਾਂ ਇੱਕ ਯਤਨ ਦੀ ਇੱਕ ਜੀਵਨ ਤੋਂ ਉਦਾਹਰਣ ਸੀ, ਇੱਕ ਜਿਉਂਦਾ ਜਾਗਦਾ ਪ੍ਰਤੀਬਿੰਬ। ਇਹ ਹੈ ਅਸਲੀ ਮਨੁੱਖ। ਕਮਾਲ ਦੀ ਕਹਾਣੀ ਯਾਰ, ਜਾਨ ਗਾਲਜ਼ ਵਰਦੀ ਦੀ ਲਿਖੀ ਹੈ, ਅੰਗਰੇਜ਼ੀ ਕਹਾਣੀ ਹੈ ਕਿ ਅਸਫਲਤਾ ਦੇ ਨਾਲ ਖੇਡਦਾ ਹੋਇਆ ਬੰਦਾ, ਮਤਲਬ ਉਹ ਸਫਲਤਾ ਨਾਲ ਖੇਡਦਾ ਰਿਹਾ, ਜਾਣੀ ਜ਼ਿੰਦਗੀ ਦੇ ਦੁੱਖਾਂ ਨਾਲ ਉਹ ਖੇਡਦਾ ਰਿਹਾ। ਸੋ ਤਸਵੀਰ ਵੀ ਬੜੀ ਸੋਹਣੀ ਹੈ, ਤੁਹਾਨੂੰ ਪਸੰਦ ਆਈ ਹੋਵੇਗੀ। ਇਸ ਤਰ੍ਹਾਂ ਦੇ ਬੜੇ ਬੜੇ ਸਿਰੜੀ ਲੋਕ ਨੇ ਜਿਨ੍ਹਾਂ ਦੇ ਸਾਰੇ ਜੀ ਵਿਛੜ ਜਾਂਦੇ ਆ, ਪਰ ਉਹ ਫਿਰ ਆਪਣੀ ਧੁਨ ਦੇ ਪੱਕੇ ਆਪਣੀ ਕਿਰਤ 'ਚ ਲੱਗੇ ਰਹਿੰਦੇ ਆ। ਇਹੀ ਮਨੁੱਖਤਾ ਹੈ। ਇੱਕ ਪਾਸੇ ਸਭ ਕੁਛ ਹੁੰਦਿਆਂ ਸੁਣਦਿਆਂ ਅਸੀਂ ਢੀਟਣੇ ਮਾਰਦੇ ਹਾਂ, ਅਸੀਂ ਖੁਦਕੁਸ਼ੀਆਂ ਦੇ ਰਾਹ ਪੈਂਦੇ ਹਾਂ। ਇੱਕ ਉਹ ਕਹਾਣੀਆਂ ਨੇ, ਹੁਣ ਇੱਕ ਜੱਟ ਜ਼ਿਮੀਂਦਾਰ ਜਿਹੜਾ ਖੁਦਕੁਸ਼ੀ ਕਰਦਾ, ਜਿਹਦੇ 2 ਏਕੜ ਜ਼ਮੀਨ ਹੈ, 20 ਲੱਖ ਨੂੰ ਲਾ ਲਓ ਕਮ ਸੇ ਕਮ ਰੇਟ ਪੰਜਾਬ 'ਚ, 20 ਤੋਂ ਘੱਟ ਤਾਂ ਕਿਤੇ ਨਹੀਂ, 40 ਲੱਖ ਦੀ ਹੈ, ਗੁਜ਼ਰ ਬਸਰ ਹੋ ਸਕਦੀ ਆਰਾਮ ਨਾਲ ਜੇ ਕਰਨਾ ਚਾਹੋ। ਜਿਹੜੇ ਫੁੱਟਪਾਥ 'ਤੇ ਬੈਠੇ ਨੇ, ਜਿਹਨਾਂ ਕੋਲ ਆਪਣਾ ਘਰ ਕੁਝ ਨਹੀਂ ਹੈ, ਕੱਪੜਾ ਲੱਤਾ ਕੁਛ ਨਹੀਂ ਹੈ, ਕਦੇ ਉਹਨਾਂ ਦੇ ਦੜੰਗੇ ਵੇਖਿਆ ਕਿਵੇਂ ਦੁੜਕੀ ਲਾਉਂਦੇ ਨਿਆਣੇ, ਪਤਾ ਹੈ ਵੀ ਕੱਲ੍ਹ ਦੀ ਸਥਿਤੀ ਕੀ ਹੈ, ਉਹ ਅੱਜ ਨੂੰ ਜਿਉਂਦੇ ਨੇ, ਕੱਲ੍ਹ ਦਾ ਫਿਕਰ ਨਹੀਂ ਕਰਦੇ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਉਸ ਮੁਤਾਬਕ ਇਸ ਤਰ੍ਹਾਂ ਦੇ ਕਰੈਕਟਰ ਸਾਨੂੰ ਲੱਭਣੇ ਪੈਣੇ ਆ, ਅਤੇ ਉਹ ਕਰੈਕਟਰ ਸਾਡੇ ਰੋਲ ਮਾਡਲ ਹੋਣ ਕਿ ਉਹ ਜ਼ਿੰਦਗੀ ਨਾਲ ਜੂਝ ਰਹੇ ਬੰਦੇ ਨੇ। ਸੋ ਸਲੂਟ ਹੈ ਇਸ ਤਰ੍ਹਾਂ ਦੀ ਮਨੁੱਖਤਾ ਨੂੰ। ਸੋ ਇਹ ਸੀ ਕਹਾਣੀ ਅਸਫਲਤਾ ਨਾਲ ਖੇਡਦਾ ਹੋਇਆ ਮਨੁੱਖ, ਜਾਨ ਗਾਲਜ਼ ਵਰਦੀ। ਇਹ ਕਹਾਣੀਆਂ ਆਪਣੇ ਕਹਾਣੀ ਭਾਗ ਦੇ ਵਿੱਚ ਨੇ, ਉੱਥੋਂ ਤੁਸੀਂ ਜ਼ਰੂਰ ਸਾਂਝੀਆਂ ਕਰੋ। ਅਤੇ ਇਹਨਾਂ ਕਹਾਣੀਆਂ ਦੇ ਲਿੰਕ ਅਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਆਪਣਾ ਵਟਸਐਪ ਗਰੁੱਪ ਨੰਬਰ 9876306953 9876309655 9876306953 ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਛ ਕਮੈਂਟ ਆਏ ਨੇ ਸਭ ਵੀਰਾਂ ਦੇ, ਕਹਾਣੀ ਬਹੁਤ ਡੂੰਘੀ ਹੈ। ਸਤਨਾਮ ਸਿੰਘ ਜਾਨੀ ਚਾਲ ਕਹਿੰਦੇ ਰਾਜਨ ਸੈਣੀ ਸਾਹਿਬ ਥੈਂਕ ਯੂ, ਹਰਜੀਤ ਸਿੰਘ ਸਰਾਮ, ਭਾਨ ਸਿੰਘ ਗਰੇਵਾਲ, ਭੈਣ ਰਾਣੀ ਰਜਵੰਤ ਕੌਰ ਕੱਲ੍ਹ ਮਿਲੇ ਸੀਗੇ ਪ੍ਰੋਫੈਸਰ ਨੇ, ਭੈਣ ਰਾਣੀ ਰਜਵੰਤ ਕੌਰ ਜੀ ਬਹੁਤ ਵਧੀਆ ਲੱਗੇ ਮਿਲ ਕੇ ਇਹਨਾਂ ਨੂੰ।
ਅਤੇ ਰਕੇਸ਼ ਕੁਮਾਰ ਜੀ, ਥੈਂਕ ਯੂ, ਮਾਲੀ ਸਾਹਿਬ ਦੇ ਜਿਹੜਾ ਮੁਜ਼ਾਹਰਾ ਸੀ ਉੱਥੇ ਹੋਇਆ ਸੀ, ਭੈਣ ਰਾਜਵੰਤ ਕੌਰ ਲੈਕਚਰਾਰ ਨੇ, ਅਤੇ ਬਿਲਕੁਲ। ਸੋ ਇਹ ਜ਼ਿੰਦਗੀ ਹੈ ਜਿਹੜੀ ਸ਼ਾਇਦ ਇਹਨਾਂ ਕਹਾਣੀਆਂ ਤੋਂ ਸਾਨੂੰ ਜਿਉਣ ਦੀ ਜਾਚ ਸਿਖਾਉਂਦੀ ਹੈ। ਅਤੇ ਇਹ ਸੀ ਕਹਾਣੀ, ਤੁਹਾਨੂੰ ਪਸੰਦ ਆਈ ਹੋਵੇਗੀ, ਅੱਗੇ ਸ਼ੇਅਰ ਅਤੇ ਸਾਂਝੀ ਜ਼ਰੂਰ ਕਰਿਓ।